ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਅਫਸੋਸ ਨਾਲ ਦੱਸਿਆ ਜਾਂਦਾ ਹੈ ਕਿ ਰਾਸ਼ਟਰੀ ਸੰਤ ਬਾਬਾ ਮੋਹਨ ਗਿਰੀ ਜੀ ਮਹਾਰਾਜ ਅੱਜ ਕਰੀਬਨ 10:30 ਵਜੇ ਦੇ ਕਰੀਬ ਆਪਣੀ ਸੰਸਾਰਿਕ ਯਾਤਰਾ ਸੰਪੂਰਨ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਰਜੇ ਨੇ। ਕੱਲ 24 ਫਰਵਰੀ 2020 ਨੂੰ ਉਹਨਾਂ ਨੂੰ ਉਹਨਾਂ ਦੀ ਜੋ ਦਰਸ਼ਨ ਸੰਗਤ ਦਰਸ਼ਨ ਨੂੰ ਸਤਲੀ ਮੰਦਰ ਤੋਂ ਲੈ ਕੇ ਨੂਰਪੁਰ ਬੇਦੀ ਵਿੱਚ ਤੋਂ ਹੁੰਦਾ ਹੋਇਆ ਸਤਲੀ ਮੰਦਰ ਵਿੱਚ ਫਿਰ ਪਹੁੰਚਣਗੇ ਅਤੇ 25 ਫਰਵਰੀ 2020 ਨੂੰ ਉਹਨਾਂ ਦੀ ਜੋ ਸਮਾਧੀ ਹੈ ਉਹ ਤਕਰੀਬਨ 12 ਵਜੇ ਦੇ ਕਰੀਬ ਕੀਤੀ ਜਾਵੇਗੀ। ਉਹ ਵੀ ਸਤਲੀ ਮੰਦਰ ਨੂਰਪੁਰ ਬੇਦੀ ਦੇ ਨੇੜੇ ਜੋ ਸਥਾਨ ਹੈ ਰਾਸ਼ਟਰੀ ਸੰਤ ਬਾਬਾ ਮੋਹਨ ਗਿਰੀ ਜੀ ਮਹਾਰਾਜ ਦਾ, ਉੱਥੇ ਸਾਰੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਕੱਲ ਉਹਨਾਂ ਦੀ ਜੋ ਯਾਤਰਾ ਹੈ, ਉਹਨਾਂ ਦੀ ਜੋ ਦਰਸ਼ਨ ਯਾਤਰਾ ਹੈ ਉਹ ਸਤਲੀ ਮੰਦਰ ਤੋਂ ਤਕਰੀਬਨ 9:30 ਵਜੇ ਦੇ ਕਰੀਬ ਉਹਨਾਂ ਨੂੰ ਜੋ ਦਰਸ਼ਨ ਯਾਤਰਾ ਨੂਰ ਬੇਦੀ ਵਿੱਚ ਲਿਜਾਈ ਜਾਵੇਗੀ ਤੇ 25 ਫਰਵਰੀ 2020 ਨੂੰ ਉਹਨਾਂ ਦੀ ਜੋ ਸਮਾਧੀ ਦਾ ਜੋ ਕਾਰਜਕ੍ਰਮ ਹੈ ਉਹਨੂੰ ਬਾਬਾ ਜੀ ਵੱਲੋਂ ਉਹਨਾਂ ਦੇ ਜੋ ਮਹਾਤਮਾ ਪੁਰਸ਼ ਹੈ ਜੋ ਬਾਹਰ ਤੋਂ ਹਰਿਦੁਆਰ ਤੋਂ ਪੂਰੇ ਦੇਸ਼ ਵਾਸੀ ਤੋਂ ਜੋ ਮਹਾਤਮਾ ਪੁਰਸ਼ ਹੈ ਉਹਨਾਂ ਦੀ ਜੋ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹ ਵੀ ਪਹੁੰਚ ਰਹੇ ਨੇ ਤੇ ਸਾਡੇ ਜੀ ਸਟਾਫ ਟੀਮ ਵੱਲੋਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਜੋ ਇਲਾਕਾ ਨਿਵਾਸੀਆਂ ਨੂੰ ਉਹਨਾਂ ਦੇ ਜੋ ਸੰਤ ਸੀ ਉਹਨਾਂ ਦਾ ਜੋ ਲੋਕਾਂ ਨੂੰ ਦੇਣ ਸੀ ਗਰੀਬ ਪਰਿਵਾਰ ਵੱਲੋਂ ਜੋ ਗਰੀਬਾਂ ਬੱਚਿਆਂ ਦਾ ਵਿਆਹ ਕੀਤਾ ਜਾਂਦਾ ਸੀ ਫ੍ਰੀ, ਉੱਥੇ ਹਰ ਇੱਕ ਮੌਕੇ ਤੇ ਸ਼ਿਵਰਾਤਰੀ ਦੇ ਹੋਵੇ ਜਨਮਅਸ਼ਟਮੀ ਦੇ ਹੋਵੇ ਲੋਕਾਂ ਨੂੰ ਉਹ ਸੰਤ ਮਹਾਤਮਾ ਪੁਰਸ਼ਾਂ ਦੀਆਂ ਜੋ ਚਰਨਾਂ ਦੇ ਧੂੜ ਹੈ ਉਹ ਆਪਣੇ ਬਖਸ਼ਦੇ ਸੀ ਤੇ ਹਰ ਇੱਕ ਗਰੀਬ ਦੀ ਲੋੜਮੰਦ ਕਿਸੇ ਵੀ ਕਿਸੇ ਗਰੀਬ ਨੂੰ ਲੋੜ ਹੋਵੇ ਉਹਨਾਂ ਕੋਲ ਜਾ ਕੇ ਪਹੁੰਚਦੇ ਸੀ ਤੇ ਮਹਾਤਮਾ ਪੁਰਸ਼ ਉਹ ਇਹਦੇ ਦਿਲੋਂ ਸੀ ਕਿ ਉਹਨਾਂ ਨੂੰ ਹਰ ਇੱਕ ਗਰੀਬ ਦੀ ਜੋ ਲੋੜ ਸੀ ਉਹ ਪੂਰੀ ਕਰਦੇ ਸਨ। ਉਹਨਾਂ ਦਾ ਜੋ ਘਾਟਾ ਹੈ ਸਾਰੇ ਇਲਾਕੇ ਨੂੰ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ, ਇਸ ਕਰਕੇ ਅਸੀਂ ਵੀ ਆਪਣੇ ਅਸੀਂ ਇਹ ਅਪੀਲ ਕਰਦੇ ਹਾਂ ਜੀ ਸਟਾਫ ਟੀਮ ਦੇ ਵੱਲੋਂ ਕਿ ਸਾਰੇ ਜੋ ਇਲਾਕਾ ਨਿਵਾਸੀ ਹੈ ਬਾਹਰ ਦੀ ਜੋ ਸੰਗਤ ਹੈ ਉਹਨਾਂ ਦੀ ਉਹਨਾਂ ਨੂੰ ਜਿਹਨਾਂ ਨੂੰ ਨਹੀਂ ਇਹ ਬਾਬਾ ਜੀ ਦਾ ਦੁੱਖ ਘੜੀ ਬਾਰੇ ਪਤਾ ਲੱਗਿਆ ਅਸੀਂ ਦੁਬਾਰੇ ਫਿਰ ਉਹਨਾਂ ਨੂੰ ਸੁਚੇਤ ਕਰਦੇ ਹਾਂ ਕਿ ਅੱਜ ਤਕਰੀਬਨ 10:30 ਵਜੇ ਬਾਬਾ ਜੀ ਆਪਣੀ ਸੰਸਾਰੀ ਯਾਤਰਾ ਪੂਰਨ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਰਜੇ ਨੇ। ਉਹਨਾਂ ਦੀ ਜੋ ਆਤਮ ਸ਼ਾਂਤੀ ਵਾਸਤੇ ਜੋ ਉਹਨਾਂ ਦੀ ਸਮਾਧੀ ਦਾ ਜੋ ਪ੍ਰੋਗਰਾਮ ਹੈ ਉਹ 25 ਫਰਵਰੀ 2020 ਨੂੰ ਕੀਤਾ ਜਾਵੇਗਾ ਸਤਲੀ ਵਿੱਚ ਤੇ ਇਸ ਘੜੀ ਵਿੱਚ ਸਾਰੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉੱਥੇ ਪਹੁੰਚੋ। ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਕਿਰਪਾਲ ਸਿੰਘ ਜੀ ਸਟਾਰ ਟੀਮ।